वाहिगुरु जी का खालसा, वाहिगुरु जी की फतेह। सात संगत जी, तुसी मेरे अपने ते मैं तुहाडा अपना मरीज रंगरेटा, धक्के नाल बनिया होया गुरु का बेटा। सात संगत जी, मैनू एक बीमारी चढ़ी हुई है, जिस करके मैं अपने नाम दे नाल रंगरेटा गुरु का बेटा ला रहा हाँ। ये बीमारी है जात पात दी, जिस करके मैं अपने नाम दे नाल रंगरेटा जरूर लगाना। हाँ जी, सत श्री अकाल सारियां नूं, मैं गुलविंदर सिंह बराड़ ते अज हैगी आ तरीक 1 सितंबर 2022। अज आपां गल करदे आ मरीज रंगरेटा गुरु का बेटा, जो धक्के नाल ही बनिया होया रंगरेटा गुरु का बेटा। जो ओहदा DNA चेक करा लईए आपां तां पारो निकलना आपदे बाप दा ही है, वह गुरु का बेटा नहीं निकलेगा। गुरु गोबिंद सिंह जी का बेटा धक्के नाल बहुत लोग बन जाते, सिंह भी बन जाते, होर भी बहुत बन जाते, पर बनना नहीं चाहिए, रहना आपदे बाप का ही चाहिए। बाप जिवें मेरा बाप गुलजार सिंह बराड़, मैं गुलजार सिंह बराड़ का ही बेटा। गुरु का बेटा कहण का मतलब ज्ञान का बेटा, ज्ञान गुरु, ना कि गुरु गोबिंद सिंह जी गुरु। परसन का गुरु नहीं बनना, किसी ने भी नहीं बनना। परसन गुरु पातशाह जेड़े वो एक परसन सी, उन्होंने जेड़े बेटे आ चार साहबजादे ही हैं। तुसी मैं जां सिंह जिन्ने अपने होर खंडे बाटे दे विचों भी निकले जिन्ने सिंह, वह भी नहीं। रियल दे विच वो जेड़े बना के गए सी, वो आपदे बेटे नहीं उन्होंने बनाया सी, आपदे DNA दे विचों नहीं पैदा किए। वो खंडे बाटे दे विचों जेड़ा ज्ञान की गल हो रही है, ज्ञान गुरु। गुरु वर्ड आ जेड़ा टीचर हुण आपां स्कूल वाले टीचरां नूं भी गुरु कह दिंदे आ, उन्हां दे आपां बेटे नहीं बन जाने। उन्हां तों जेड़ा नॉलेज लैनी है, ज्ञान लैना, उहदे बेटे उहदे पुत्र बनने, ते उह आपां सारी उम्र नवें नवें गुरुआं दे बेटे बनदे रहना, सिख दे रहना। जेड़ा गुरु नानक देव जी ने भी कहा, सिख सारी उम्र सिखी जाना। इस करके किहदे बेटे बनोगे, पहला स्कूल दे विच बेटे बनोगे, फिर तुसी गांह चल के कॉलेज दे विच बेटे बनोगे किसी दे, फिर गांह चल के धर्म दे विच किसी दे बेटे बनोगे, नहीं, ज्ञान दे गुरु ज्ञान दे बेटे बनना, ना कि किसी परसन दे, किसी देह दे बेटे नहीं बनना। जिहड़ा देह आ उह सिर्फ तुहाडे बाप ने जिहड़ा तुहानूं पैदा कीता, बेटे असल दे विच DNA दे हिसाब नाल बेटे उहदे ही रहना। ਐਵੇਂ ਨਾ ਮੁੜ ਕੇ ਮੇਰੇ ਵਰਗੇ ਨੇ ਕਿਸੇ ਨੇ ਪੁੱਛ ਲਿਆ ਵੀ DNA ਚੈੱਕ ਕਰਾ ਲਿਆ, ਦੇਖੀਏ ਤੇਰਾ ਗੁਰੂ ਗੋਬਿੰਦ ਸਿੰਘ ਜੀ ਨਾਲ ਮੈਚ ਕਰਦਾ ਕਿ ਨਹੀਂ। ਤਾਂ ਕਰਕੇ ਐਵੇਂ ਧੱਕੇ ਨਾਲ ਨਾ ਬਣੋ, ਇਹ ਗੱਲ ਜਮਾਂ ਗਲਤ ਆ ਜਿਹੜੀ ਤੁਸੀਂ ਸਾਰੇ ਜਣੇ ਕਰਦੇ ਆ। ਗਿਆਨ ਆ ਜਿਹੜੀ, ਨੌਲੇਜ ਆ ਗੁਰੂ, ਦੈਟਸ ਇਟ। ਸ਼ਬਦ ਗੁਰੂ, ਉਹ ਗਿਆਨ ਚੰਗਾ ਵੀ ਹੋ ਸਕਦਾ, ਮਾੜਾ ਵੀ ਹੋ ਸਕਦਾ। ਚੰਗੇ ਮਾੜੇ ਦਾ ਜਿਹੜਾ ਹੈਗਾ ਫੈਸਲਾ, ਉਹ ਪਰਸਨ ਆਪ ਕਰਦਾ। ਧਰਤੀ ਦੇ ਉੱਤੇ ਗਿਆਨ ਗਿਆਨ ਹੀ ਆ, ਗੁਰੂ ਗੁਰੂ ਹੀ ਆ, ਚਾਹੇ ਉਹ ਚੰਗਾ ਚਾਹੇ ਉਹ ਮਾੜਾ। ਹੁਣ ਮੇਰੇ ਵਾਸਤੇ ਜੇ ਮਾੜਾ ਗਿਆਨ ਮੈਨੂੰ ਮੇਰੇ ਬੈਨੀਫਿਟ ਵਾਸਤੇ ਮੈਨੂੰ ਵਧੀਆ, ਮੈਨੂੰ ਉਹ ਫਾਇਦਾ ਕਰਦਾ ਮਾੜਾ ਗਿਆਨ, ਤਾਂ ਮੇਰੇ ਵਾਸਤੇ ਉਹ ਵੀ ਗੁਰੂ ਆ, ਮਾੜਾ ਗਿਆਨ ਵੀ। ਜੇ ਤੁਹਾਡੇ ਵਾਸਤੇ ਉਹ ਸਹੀ ਗਲਤ ਦਾ ਫੈਸਲਾ ਪਰਸਨ ਹਰੇਕ ਬੰਦਾ ਆਪਦੇ ਹਿਸਾਬ ਨਾਲ ਕਰਦਾ ਵੀ ਗਿਆਨ ਗਲਤ ਆ ਜਾਂ ਨਹੀਂ। ਉਹੀ ਗਿਆਨ ਮੇਰੇ ਵਾਸਤੇ ਸਹੀ ਹੋ ਸਕਦਾ, ਤੁਹਾਡੇ ਵਾਸਤੇ ਗਲਤ ਹੋ ਸਕਦਾ, ਤਾਂ ਤੁਸੀਂ ਉਹਨੂੰ ਗਲਤ ਕਹੋਗੇ, ਮੈਂ ਉਹਨੂੰ ਸਹੀ ਕਹੂੰਗਾ। ਚੰਗਾ ਗਿਆਨ ਹੌਲੀ ਹੌਲੀ ਸਾਰੇ ਆਪਾਂ ਦੇਖ ਲੈਂਦੇ ਵੀ ਸਾਰੇ ਸਮਾਜ ਵਾਸਤੇ ਕਿਹੜਾ ਗਿਆਨ ਚੰਗਾ, ਤਾਂ ਉਹਨੂੰ ਆਪਾਂ ਚੰਗਾ ਕਹਿ ਦਿੰਦੇ ਹਾਂ। ਹੁਣ ਬਹੁਤਿਆਂ ਵਾਸਤੇ, ਥੋੜ੍ਹੇ ਬੰਦਿਆਂ ਵਾਸਤੇ ਯਾਨੀ ਮਾੜਾ ਗਿਆਨ ਆ ਜਿਹੜਾ, ਉਹ ਉਹਨਾਂ ਨੂੰ ਫਾਇਦਾ ਦਿੰਦਾ। ਹੁਣ ਜਿਹੜੇ ਠੱਗੀਆਂ ਮਾਰਦੇ ਆ, ਔਨਲਾਈਨ ਹੋਰ ਸਾਰੇ ਕੁਛ ਕਰਦੇ ਆ, ਉਹ ਹੈ ਤਾਂ ਮਾੜਾ ਗਿਆਨ ਆ, 2 ਨੰਬਰ ਦਾ ਗਿਆਨ। ਪਰ ਗਿਆਨ ਓਵਰਆਲ ਜੇ ਸਾਰਾ ਲਾ ਲਈਏ ਤਾਂ ਗਿਆਨ ਗਿਆਨ ਹੀ ਹੈ, ਗੁਰੂ ਗੁਰੂ ਹੀ ਆ ਉਹ, ਬਸ ਗਿਆਨ ਗੁਰੂ। ਤਾਂ ਉਹਦੇ ਵਿੱਚ ਚੰਗਾ ਮਾੜਾ ਬੰਦੇ ਨੇ ਪਰਸਨ ਨੇ ਆਪ ਡਿਸਾਈਡ ਕਰਨਾ। ਜੇ ਤਾਂ ਤੁਹਾਨੂੰ ਫਾਇਦਾ ਦਿੰਦਾ ਤਾਂ ਤੁਹਾਡੇ ਵਾਸਤੇ ਚੰਗਾ, ਜੇ ਤੁਹਾਨੂੰ ਨੁਕਸਾਨ ਪਹੁੰਚਾਉਂਦਾ, ਜੇ ਉਹ ਤੁਹਾਨੂੰ ਨੁਕਸਾਨ ਕਰਦਾ ਗਿਆਨ, ਤਾਂ ਤੁਹਾਡੇ ਵਾਸਤੇ ਉਹ ਮਾੜਾ। ਅੱਛਾ, ਹੁਣ ਆਪਾਂ ਰੰਗਰੇਟਾ ਗੁਰੂ ਕਾ ਬੇਟਾ ਦਾ ਜਿਹੜੀ ਉਹ ਗੱਲ ਕਰ ਲਈਏ ਵੀ ਉਹਨੂੰ ਜਿਹੜੀ ਬਿਮਾਰੀ ਲੱਗੀ ਹੋਈ ਆ, ਉਹਦਾ ਵੈਸੇ ਆਪਾਂ ਉੱਦਣ ਜਿੱਦਣ ਇੱਕ ਵੀਡੀਓ ਬਣਾਈ ਹੈ 21 ਅਗਸਤ ਨੂੰ, ਉਸ ਤੋਂ ਬਾਅਦ ਉਹਦੀ ਜਿਹੜੀ
ਵਿਚਾਰਾ ਰੋਣ ਲੱਗ ਗਿਆ। ਚੱਲ ਉਹਦੇ 'ਤੇ ਤਰਸ ਵੀ ਆਉਂਦਾ, ਰੋਣਾ ਨਹੀਂ ਚਾਹੀਦਾ। ਮਾੜੀ ਜਿਹੀ ਵੀਡੀਓ ਬਣਾਈ ਸੀ ਆਪਾਂ, ਉਦੋਂ ਬਾਅਦ ਉਹਦੀ ਵਿਚਾਰੇ ਦੀ ਵੀਡੀਓ, ਜਿਹੜਾ ਹੁਣ ਤੱਕ ਇੰਨਾ ਵਿਚਾਰਾ ਗੁੱਸੇ ਨਾਲ ਕਿੱਲ ਕਿੱਲ ਕੇ ਬੋਲਦਾ। ਚੱਲ ਜਿਹੜਾ ਬੰਦਾ ਉੱਤੋਂ ਜਿੰਨਾ ਗੁੱਸੇ ਖੋਰ ਆ ਉਨਾ ਦਿਲੋਂ ਉਹ ਵਿਚਾਰਾ ਨਰਮ ਵੀ ਹੁੰਦਾ, ਇਹੋ ਜਿਹੀ ਗੱਲ ਨਹੀਂ। ਪਰ ਇਹ ਆ ਵੀ ਚੱਲ ਉਹ ਰੋ ਪਿਆ, ਰੋਣ ਤੋਂ ਬਾਅਦ ਹੁਣ ਗੱਲ ਇਹ ਆ ਵੀ ਉਹਦੀ ਜਿਹੜੀ ਬਿਮਾਰੀ ਆ ਉਹ ਆਪਾਂ ਨੂੰ ਉਹਦਾ ਹੱਲ ਕਰਨਾ ਚਾਹੀਦਾ। ਡਿਸਾਈਡ ਮੈਂ ਇਹੀ ਕੀਤਾ ਵੀ ਜਿਹੜੀ ਉਹਦੀ ਬਿਮਾਰੀ ਅਸਲੀ ਆ ਵੀ ਇੱਕ ਤਾਂ ਉਹਨੂੰ ਜੱਟਾਂ ਤੋਂ ਨਫ਼ਰਤ ਯਾਨੀ ਕਰਦਾ, ਜਿਹੜੇ ਹਥਿਆਰ ਵਾਲੇ ਆ ਜਾਂ ਜੱਟ ਆਪਦੇ ਆਪ ਨੂੰ ਉੱਪਰ ਚੱਕਦੇ ਆ, ਅਤੇ ਦੂਜੀ ਗੱਲ ਇਹ ਆ ਵੀ ਜਿਹੜੇ ਉਹ ਕਹਿੰਦਾ ਵੀ ਗੁਰਦੁਆਰਿਆਂ ਦੇ ਵਿੱਚ ਨਹੀਂ ਸਾਨੂੰ ਵੜਨ ਦਿੰਦੇ ਨੀਵੀਂ ਜਾਤ ਵਾਲਿਆਂ ਨੂੰ, ਜੱਟਾਂ ਨੇ ਗੁਰਦੁਆਰੇ ਅੱਡ ਕਰ ਲਏ, ਜੱਟ ਵੜਨ ਨਹੀਂ ਦਿੰਦੇ। ਤੀਜੀ ਗੱਲ ਆ ਵੀ ਸ਼ਮਸ਼ਾਨ ਘਾਟ, ਸ਼ਮਸ਼ਾਨ ਘਾਟਾਂ ਦੇ ਵਿੱਚ ਵੀ ਵੱਖਰੇ। ਹੁਣ ਮੈਂ ਆਪਣਾ ਮਰੀਜ਼ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਵੀ ਪਹਿਲਾਂ ਇਹ ਤੁਹਾਨੂੰ ਮਾੜੀ ਜਿਹੀ ਨੌਲੇਜ ਹੋਣੀ ਚਾਹੀਦੀ ਆ ਵੀ ਜੱਟਾਂ ਦਾ ਮੇਰੇ ਹਿਸਾਬ ਨਾਲ ਜਿੰਨੀ ਕੁ ਮੈਂ ਆਪਦੀ ਏਜ ਦੇ ਵਿੱਚ ਦੇਖਿਆ ਹੈਗਾ ਕਿ ਜੱਟਾਂ ਦਾ ਮੈਂ ਇੱਕ ਵੀ ਗੁਰਦੁਆਰਾ ਨਹੀਂ ਦੇਖਿਆ। ਹਾਂ ਰਾਮਗੜੀਆਂ ਦੇ ਦੇਖਿਆ, ਰਵਿਦਾਸੀਆਂ ਦੇ ਦੇਖਿਆ ਅਤੇ ਹੋਰ ਸਾਰਿਆਂ ਦੇ ਅੱਡ ਅੱਡ ਦੇਖੇ ਆ। ਹੁਣ ਇਹ ਮੈਨੂੰ ਦੱਸੋ ਵੀ ਕੀ ਰਾਮਗੜੀਆਂ ਨੂੰ ਵੀ ਜੱਟਾਂ ਨੇ ਨਹੀਂ ਵੜਨ ਦਿੱਤਾ ਗੁਰੂ ਘਰ ਦੇ ਵਿੱਚ? ਅਤੇ ਮੈਂ ਤਾਂ ਕਹਿੰਦਾ ਮੈਂ ਹਜੇ ਤੱਕ ਦੇਖਿਆ ਨਹੀਂ ਵੀ ਕੋਈ ਜੱਟਾਂ ਦੇ ਨਾਂ 'ਤੇ ਗੁਰਦੁਆਰਾ ਹੋਵੇ। ਜਿੰਨੇ ਆਪਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਦੇਖਦੇ ਹਾਂ ਉਹ ਸਾਂਝੇ ਗੁਰਦੁਆਰੇ ਆ, ਪਾਤਸ਼ਾਹੀਆਂ ਦੇ ਦਸਾਂ ਪਾਤਸ਼ਾਹੀਆਂ ਦੇ ਨਾਵਾਂ 'ਤੇ ਤਾਂ ਜ਼ਰੂਰ ਦੇਖੇ ਆ, ਜਾਂ ਸਿੰਘ ਸਭਾ ਹੋ ਗਏ ਜਾਂ ਆਪਣੇ ਪਾਤਸ਼ਾਹੀ ਪਹਿਲੀ ਹੋ ਗਈ, ਦੂਜੀ ਹੋ ਗਈ, ਦਸ ਪਾਤਸ਼ਾਹੀਆਂ ਦੇ ਹਿਸਾਬ ਨਾਲ ਹਰੇਕ ਪਿੰਡਾਂ ਦੇ ਵਿੱਚ ਆਈਆਂ ਅਤੇ ਉਹ ਸਾਂਝੇ ਗੁਰਦੁਆਰੇ ਹੁੰਦੇ ਆ। ਹੁਣ ਗੱਲ ਇਹ ਆ ਵੀ ਜਦੋਂ ਮੰਨ ਲਓ ਜੇ ਕੋਈ ਕਈ ਨੀਵੀਂ ਜਾਤ ਵਾਲੇ ਨੇ, ਪੰਗਾ ਇਹ ਆ ਵੀ ਉਹਦੇ ਵਿੱਚ ਗੁਰਦੁਆਰੇ ਅੱਡ ਉਦੋਂ ਹੋਏ ਆ, ਸ਼ਮਸ਼ਾਨ ਘਾਟ ਅੱਡ ਉਦੋਂ ਹੋਏ ਆ ਮਰੀਜ਼ ਸਾਹਿਬ, ਜਦੋਂ ਮੰਨ ਲਓ ਕੋਈ ਨੀਵੀਂ ਜਾਤ ਵਾਲਾ ਜਾਂ ਕੋਈ ਗੱਲ ਨੀਵੀਂ ਜਾਤ ਵਾਲਾ ਵੀ ਜਾਂ ਕੋਈ ਮੰਨ ਲਓ ਕੋਈ ਵੀ ਬੰਦਾ ਜਾ ਕੇ ਉਸ ਗੁਰਦੁਆਰੇ ਦੀ ਪ੍ਰਧਾਨਗੀ ਚਾਹੁੰਦਾ ਤਾਂ ਉਹ ਬਣਨ ਨਹੀਂ ਦਿੰਦੇ। ਹੁਣ ਮੈਂ ਇੱਥੇ ਡੈਕਸੀ ਗੁਰਦੁਆਰੇ ਜਾ ਕੇ ਕਹਾਂ ਵੀ ਮੈਂ ਪ੍ਰਧਾਨ ਬਣਨਾ, ਮੈਂ ਤਾਂ ਹੁਣ ਜੱਟ ਹਾਂ, ਮੈਂ ਤਾਂ ਅਪਰ ਕਾਸਟ ਬਣ ਆਪਦਾ ਸਾਰਾ ਕੁਛ ਹੈਗਾ, ਅਤੇ ਮੈਨੂੰ ਵੀ ਉੱਥੇ ਬਣਨ ਨਹੀਂ ਦੇਣਾ। ਅਗਲਿਆਂ ਨੇ ਜਾਣੀ ਜਾਂ ਤਾਂ ਮੈਂ ਉੱਥੇ ਪੱਗਾਂ ਲਾਊਂਗਾ, ਲੜਾਈ ਹੋਊਗੀ, ਕਿਉਂਕਿ ਆਪਦੀ ਕੁਰਸੀ ਕੋਈ ਨਹੀਂ ਛੱਡਦਾ ਪ੍ਰਧਾਨਗੀ ਦੀ। ਹੁਣ ਇਹ ਹੋ ਸਕਦਾ ਵੀ ਪਿੰਡਾਂ ਦੇ ਵਿੱਚ ਹੋਇਆ ਵੀ ਆਈਆਂ ਵੀ ਉਹ ਜਿਹੜੀਆਂ ਕੁਰਸੀਆਂ ਪਿੱਛੇ ਲੜਾਈਆਂ ਹੋਈਆਂ, ਅੱਗੇ ਪੱਗਾਂ ਲੈਂਦੀਆਂ ਰਹੀਆਂ, ਵੀਡੀਓ ਬਣਦੀਆਂ ਰਹੀਆਂ, ਜਿਹਦੇ ਕਰਕੇ ਪ੍ਰਧਾਨਗੀ ਜਿਹੜੀ ਆ ਉਹ ਨਵੇਂ ਬੰਦੇ ਨੂੰ ਛੇਤੀ ਨਹੀਂ ਦਿੰਦੇ, ਜਿਸ ਕਰਕੇ ਅਗਲਿਆਂ ਨੇ ਆਪਦੇ ਗੁਰਦੁਆਰੇ ਅੱਡ ਕਰ ਲਏ। ਮੰਨ ਲਓ ਹੁਣ ਮੈਂ ਜਾ ਕੇ ਨੀਵੀਂ ਜਾਤ ਦਾ, ਮੈਨੂੰ ਪ੍ਰਧਾਨਗੀ ਆ ਉਹ ਗੁਰਦੁਆਰੇ ਦੇ ਵਿੱਚ ਨਹੀਂ ਮਿਲੀ, ਤਾਂ ਮੈਂ ਜਿੱਥੇ ਜਾ ਕੇ ਆਪਦਾ ਨਵਾਂ ਗੁਰਦੁਆਰਾ ਖੋਲ੍ਹਣਾ, ਨਵਾਂ ਸ਼ਮਸ਼ਾਨ ਘਾਟ ਖੋਲ੍ਹਣਾ, ਫਿਰ ਮੈਂ ਉੱਥੇ ਕੁਛ ਨਾ ਕੁਛ ਆਪਦਾ ਲਾ ਦੇਣਾ ਵੀ ਇਹ ਬਰਾੜਾਂ ਦਾ ਗੁਰਦੁਆਰਾ, ਵੀ ਸਾਰੇ ਬਰਾੜ ਬਈ ਇੱਥੇ ਆਓ। ਇਹ ਗੱਲ ਆ, ਉਹ ਜਿਹੜੇ ਰਵਿਦਾਸੀਆਂ ਨੇ ਉਹ ਬਈ ਰਵਿਦਾਸੀਆਂ ਨੂੰ ਕਹਿ, ਦੂਜਿਆਂ ਨੂੰ ਕਹਿ ਆਪਣਾ ਰਾਮਗੜੀਆਂ ਨੂੰ ਬਈ ਜਦੋਂ ਜਾ ਕੇ ਤੁਸੀਂ ਗੁਰਦੁਆਰੇ ਪ੍ਰਧਾਨਗੀਆਂ ਪਿੱਛੇ ਅੱਡ ਖੋਲ੍ਹੇ ਸੀ ਤਾਂ ਉਦੋਂ ਉੱਥੇ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਦੂਜੀ ਪਾਤਸ਼ਾਹੀ ਦਸੇ ਪਾਤਸ਼ਾਹੀਆਂ ਦੇ ਵਿੱਚੋਂ ਕਿਸੇ ਦਾ ਵੀ ਨਾਂ ਲੈ ਕੇ ਜਾਂ ਹੋਰ ਸਾਂਝਾ ਗੁਰਦੁਆਰਾ ਖੋਲ੍ਹਦੇ, ਉੱਥੇ ਫਿਰ ਵੱਡਾ ਕਰਕੇ ਰਵਿਦਾਸ ਸੀ ਆ ਭਗਤ ਰਵਿਦਾਸ ਜਾਂ ਹੋਰ ਉਹਨਾਂ ਦੇ ਨਾਂ 'ਤੇ, ਕਿਉਂਕਿ ਤੁਸੀਂ ਤਾਂ ਇੱਕ ਕਮਿਊਨਿਟੀ ਨੂੰ ਪੋਲਰਾਈਜ਼ ਕਰਕੇ ਅੱਡ ਤੋਂ ਵੀ ਇਹ ਐਟਲੀਸਟ ਵੀ ਇਹ ਪੱਕੀ ਸੰਗਤ ਲਾ ਲਈ ਤੁਸੀਂ ਆਪਦੀ ਉਨੀ ਜੋਗੀ, ਬਈ ਇਹ ਸੰਗਤ ਤਾਂ ਪੱਕੀ ਹੋ ਗਈ ਸਾਡੀ, ਠੀਕ ਆ। ਹੁਣ ਮੰਨ ਲਓ ਆਈ ਦੂਜੇ ਆ ਸ਼ਮਸ਼ਾਨ ਘਾਟ, ਹੁਣ ਉਹ ਜਦੋਂ ਤੁਸੀਂ ਆਪਦੇ ਜਾਤ ਪਾਤ 'ਤੇ ਖੋਲ੍ਹ ਲਏ, ਹੁਣ ਮੇਰੇ ਵਰਗਾ ਕਹਿੰਦਾ ਵੀ ਯਾਰ ਮਰਨ ਲੱਗਿਆ ਵੀ ਉੱਥੇ ਨਾ ਸ਼ਮਸ਼ਾਨ ਮੇਰਾ ਕਰਿਓ, ਸ਼ਮਸ਼ਾਨ ਘਾਟ ਵੀ ਫਲਾਨੇ ਨਾ ਜਾਇਓ, ਇਹ ਨਾ ਹੋਵੇ ਵੀ ਸਾਰੀ ਉਮਰ ਮੈਂ ਜੱਟ ਘਾਉਂਦਾ ਰਿਹਾ ਅਤੇ ਮੁੜ ਕੇ ਅਗਲਾ ਕਹੂਗਾ ਮਰਨ ਲੱਗਿਆ ਇਹ ਰਵਿਦਾਸੀਆਂ ਦੇ ਚਮਿਆਰਾਂ ਦੇ ਗੁਰਦੁਆਰੇ ਦੇ ਵਿੱਚ ਇਹਦਾ ਭੋਗ ਪਿਆ, ਅਤੇ ਜਾਂ ਇਹਦਾ ਕੀ ਕਹਿੰਦੇ ਹੁੰਦੇ ਆ ਸੰਸਕਾਰ ਕੀਤਾ। ਇਸ ਕਰਕੇ ਇਹ ਗੱਲ ਆ, ਪ੍ਰਧਾਨਗੀਆਂ ਪਿੱਛੇ ਗੁਰਦੁਆਰੇ ਅੱਡ ਹੋਏ ਆ, ਹੋਰ ਕੋਈ ਗੱਲ ਨਹੀਂ ਹੈਗੀ। ਉਹ ਆਪਦੇ ਬਈ ਜਿਹੜੇ ਪ੍ਰਧਾਨ ਹੈਗੇ ਤੁਹਾਡੇ, ਜਿਹੜੇ ਉਹਨਾਂ ਦੇ ਨਾਂ ਬਦਲਾ ਕੇ ਉਹਨਾਂ ਨੂੰ ਸਿੰਘ ਸਭਾ ਜਾਂ ਹੋਰ ਕੋਈ ਉਹਨਾਂ ਦੇ ਸਾਂਝੇ ਗੁਰਦੁਆਰਿਆਂ ਦੇ ਨਾਂ ਕਰਾ ਦੇ, ਉੱਥੇ ਜੱਟ ਵੀ ਜਾਣਗੇ, ਸਿੱਖ ਵੀ ਜਾਣਗੇ, ਸਾਰੇ ਜਾਣਗੇ, ਜਾਂਦੇ ਆ। ਹੋਰ ਦੱਸੋ ਕਿਹੜੇ ਵੱਡੇ ਗੁਰਦੁਆਰਿਆਂ ਦੇ ਵਿੱਚ ਜਾਂ ਹੋਰਾਂ 'ਚ ਰੋਕਿਆ ਜਾਂਦਾ ਤੁਹਾਨੂੰ? ਇਹ ਪਿੰਡਾਂ ਦੇ ਵਿੱਚ ਜਿਹੜੀਆਂ ਲੜਾਈਆਂ ਤੁਸੀਂ ਪ੍ਰਧਾਨਗੀ ਪਿੱਛੇ ਕੀਤੀਆਂ, ਉਹਦੇ ਪਿੱਛੇ ਗੁਰਦੁਆਰੇ ਅੱਡ ਕਰਕੇ ਆਪਦਾ ਤੁਸੀਂ ਸਕੀਮ ਦੇ ਨਾਲ ਉਹ ਨਾਮ ਰੱਖੇ ਆ, ਉਹ ਹੋਰ ਕੋਈ ਚੱਕਰ ਨਹੀਂ, ਆਪਦੀ ਕਮਿਊਨਿਟੀ ਤੁਸੀਂ ਆਪ ਅੱਡ ਕੀਤੀ ਆ। ਇਹ ਨਹੀਂ ਕਿ ਜੱਟਾਂ ਦਾ ਤਾਂ ਕੋਈ ਨਾਂ ਦਿਖਾ ਦੇ ਵੀ ਫਲਾਨਾ ਜੱਟ ਗੁਰਦੁਆਰਾ ਕਿਸੇ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਨਹੀਂ ਹੈਗਾ। ਇਸ ਕਰਕੇ ਜੱਟਾਂ ਨੂੰ ਐਵੇਂ ਨਾ ਗਾਲਾਂ ਕੱਢੀ ਚੱਲ ਭਰਾਵਾ। ਅਤੇ ਦੂਜੀ ਗੱਲ ਇਹ ਆ ਵੀ ਹਥਿਆਰ ਜਿਹੜੇ ਗੁਰੂ ਕਾ ਬੇਟਾ ਉਹਨੇ ਕਿਹਾ ਹੋਇਆ ਵੀ ਰੱਖਣੇ ਆ, ਠੀਕ ਆ।
ਫਿਰ ਕੱਲਾ ਗਿਆਨ ਕੱਲਾ ਉਹ ਨਾ ਨਾ ਲੈ ਕੇ ਧੱਕੇ ਨਾਲ ਹੀ ਡੀ ਐਨ ਏ ਆ ਵੀ ਮੈਂ ਡੀ ਐਨ ਏ ਡੀ ਐਨ ਏ ਤੇ ਫਿਰ ਹੋਰ ਵੀ ਉਹਦੇ ਉਹਦੀਆਂ ਗੱਲਾਂ ਫਿਰ ਉਹ ਵੀ ਮੰਨ ਜਦੋਂ ਉਹਨੇ ਕਹਿਤਾ ਜੀ ਖਾਲਸ ਲਾ ਲਾ ਆਪਦੇ ਨਾਂ ਖਾਲਸਾ ਫਿਰ ਰੰਗਰੇਟਾ ਨਾ ਤੈਨੂੰ ਮੈਂ ਉਦਣ ਵੀ ਕਿਹਾ ਸੀ ਰੰਗਰੇਟਾ ਫਿਰ ਪਿੱਛੇ ਰਹਿ ਗਿਆ ਫਿਰ ਤੈਨੂੰ ਦੱਸਣਾ ਪੈ ਰਿਹਾ ਵੀ ਅਸੀਂ ਕੌਣ ਹੁੰਦੇ ਹਾਂ ਅਤੇ ਤੀਜੀ ਗੱਲ ਇਹ ਆ ਵੀ ਜਿਹੜੀ ਹਥਿਆਰਾਂ ਦੀ ਵੀ ਇਹ ਗੱਲ ਕਰਦਾ ਵੀ ਹਥਿਆਰ ਯੂਟਿਊਬ ਭਰੀ ਪਈ ਆ ਹਥਿਆਰਾਂ ਵਾਲੇ ਗਾਣੇ ਆ ਜਿਹੜੇ ਚਮਿਆਰਾਂ ਦੇ ਮੁੰਡਿਆਂ ਨੇ ਗਾ ਗਾ ਕੇ ਉਹ ਇਕੱਲੇ ਜੱਟਾਂ ਨੇ ਨਹੀਂ ਗਾਏ ਜੱਟ ਇੱਕ ਨਾਲੇ ਊਂ ਹੁਣ ਇਹਦਾ ਤਕੀਆ ਕਲਾਮ ਬਣ ਚੁੱਕਿਆ ਇਹ ਕੋਈ ਜੱਟ ਉਵੇਂ ਨਹੀਂ ਰਹਿ ਗਿਆ ਇਹਦਾ ਈਜ਼ੀ ਆ ਬੋਲਣਾ ਗਾਣਿਆਂ ਦੇ ਵਿੱਚ ਹੋਰ ਸਾਰਾ ਕੁਛ ਉਹ ਇਸ ਕਰਕੇ ਹਰੇਕ ਬੰਦਾ ਜੱਟ ਅਤੇ ਜੱਟੀ ਜਿਵੇਂ ਪਟੋਲਾ ਆਪਾਂ ਇਹੋ ਜਿਹੇ ਵਰਡ ਹੈ ਤਾਂ ਉਹ ਚੀਜ਼ ਬਣ ਚੁੱਕੀ ਹੈ ਜੱਟ ਹਰ ਇੱਕ ਬੰਦਾ ਇਹ ਲਾ ਸਕਦਾ ਜ਼ਰੂਰੀ ਨਹੀਂ ਵੀ ਇਕੱਲਾ ਜੱਟ ਗਾਉਂਦੇ ਐਵੇਂ ਨਾ ਮੱਚੀ ਚੱਲ ਸੜੀ ਚੱਲ ਲਾਟ ਮਾਰੀ ਜਾਂਦਾ ਐਵੇਂ ਆਪਦਾ ਖੂਨ ਤੈਨੂੰ ਪਤਾ ਨਹੀਂ ਡਾਕਟਰ ਹੋ ਕੇ ਤੂੰ ਮਰੀਜ਼ ਬਣਿਆ ਫਿਰਦਾ ਐਵੇਂ ਆਪਦਾ ਬੀ ਪੀ ਵਧਾਇਆ ਹੋਇਆ ਤੈਨੂੰ ਪਤਾ ਨਹੀਂ ਇਹ ਸਟਰੈਸ ਲੈਵਲ ਆ ਜਿਹੜੀ ਬਿਨਾਂ ਕਿਸੇ ਗੱਲ ਤੋਂ ਲਈ ਹੋਈ ਆ ਵੀ ਤੈਨੂੰ ਕਿੰਨਾ ਇਹ ਕਰਦੀ ਆ ਅਤੇ ਰਵਾਈ ਜਾਂਦੀ ਆ ਅਤੇ ਮੁੜ ਕੇ ਤੇਰਾ ਇਲਾਜ ਫਿਰ ਸਾਨੂੰ ਫਿਰ ਟੀਕੇ ਲਾ ਕੇ ਕਰਨਾ ਪੈਣਾ ਕਿਵੇਂ ਫਿਰ ਕਰੋਨੇ ਦਾ ਟੀਕਾ ਲਵਾ ਲਿਆ ਸੀ ਓਏ ਹੈ ਲਵਾ ਲਿਆ ਸੀ ਡਾਕਟਰ ਤੂੰ ਮਰੀਜ਼ ਹੀ ਬਣਿਆ ਹੋਇਆ ਇਸ ਕਰਕੇ ਜੇ ਮਾੜਾ ਔਖਾ ਭਰਾਵਾ ਤੂੰ ਕਹਿ ਲਾ ਵੀ ਜੱਟਾਂ ਦੇ ਉਹਦੇ ਗਾਣਿਆਂ ਤੋਂ ਅਤੇ ਕਿਰਪਾਨਾਂ ਲੈ ਕੇ ਤੇਰੇ ਆਪਣੇ ਜਿਹੜੇ ਤੇਰੇ ਭਰਾ ਵਾ ਤੇਰੇ ਜਿਨ੍ਹਾਂ ਦਾ ਤੂੰ ਲੀਡਰ ਬਣਿਆ ਹੋਇਆ ਧੱਕੇ ਨਾਲ ਉਹਨਾਂ ਦੀਆਂ ਦੇਖ ਜਾ ਕੇ ਯੂਟਿਊਬ 'ਤੇ ਕਿੰਨੀਆਂ ਗੁੰਡਾਗਰਦੀ ਵਾਲੇ ਉਹਨਾਂ ਦੇ ਗਾਣੇ ਆ ਕਿਰਪਾਨਾਂ ਲਹਿਰਾ ਕੇ ਜੀਪਾਂ 'ਤੇ ਚੜ੍ਹੇ ਹੋਏ ਆ ਠੀਕ ਆ ਨਾਲੇ ਹੁਣ ਜਿਹੜਾ ਇੱਥੇ ਸਾਡੇ ਸਪਤੰਬਰ ਦੇ ਵਿੱਚ ਪੈਣੀਆਂ ਵੋਟਾਂ ਮੈਂ ਫੋਟੋ ਵੀ ਸ਼ੇਅਰ ਕੀਤੀ ਹੋਈ ਸੀ ਸਪਤੰਬਰ ਦੇ ਵਿੱਚ ਪੈਣੀ ਆ ਰੈਫਰੈਂਡਮ ਖਾਲਿਸਤਾਨ ਦੀਆਂ ਉਹਦੇ ਵਿੱਚ ਰਾਕਟ ਲਾਂਚਰ ਐਂ ਮੋਢੇ ਦੇ ਉੱਤੇ ਰਾਕਟ ਲਾਂਚਰ ਰੱਖਿਆ ਹੋਇਆ ਆਪਣੇ ਪੁਰਾਣੇ ਜਿਹੜੇ ਸਿੰਘ ਜਿਹੜੇ ਸ਼ਹੀਦ ਜਿਨ੍ਹਾਂ ਨੇ ਉਹਦਾ ਨਾਂ ਭੁੱਲ ਗਿਆ ਮੁੰਡੇ ਦਾ ਮੈਂ ਮੋਨਾ ਮੁੰਡਾ ਜਿਹੜਾ ਅਤੇ ਉਹਦੀ ਫੋਟੋ ਲਾਈ ਹੋਈ ਆ ਹੁਣ ਦੱਸੋ ਵੀ ਉਹਦਾ ਔਰਗਨਾਈਜ਼ਡ ਇੱਕ ਹੁਣ ਈਵੈਂਟ ਹੋ ਰਹੀਆਂ ਨਾ ਵੋਟਾਂ ਜਿਹੜੀਆਂ ਜਿਹੜੇ ਵੀ ਗੁਰਦੁਆਰਿਆਂ ਵਾਲੇ ਕਰਾ ਰਹੇ ਆ ਸਰਕਾਰ ਦੇ ਕਹਿਣ 'ਤੇ ਬਈ ਅਤੇ ਉਹਦਾ ਹੁਣ ਰੋਕਟ ਲਾਂਚਰ ਲਾ ਕੇ ਸਾਰੀ ਦੁਨੀਆ ਨੂੰ ਦੱਸ ਰਹੇ ਆ ਵੀ ਅਸੀਂ ਇਹੋ ਜਿਹਾ ਖਾਲਿਸਤਾਨ ਚਾਹੁੰਦੇ ਹਾਂ ਵੀ ਤਾਲਿਬਾਨ ਵਰਗਾ ਹੁਣ ਉਹੋ ਜਿਹੇ ਤਾਲਿਬਾਨ ਦੇ ਵਿੱਚ ਆਪਾਂ ਉੱਧਰ ਦੇਖਿਆ ਅਫਗਾਨਿਸਤਾਨ ਦੇ ਵਿੱਚ ਰੋਕਟ ਲਾਂਚਰ ਠੀਕ ਆ ਅਤੇ ਉਹ ਹੁਣ ਤੁਸੀਂ ਪਹਿਲਾਂ ਹੀ ਆਪਦਾ ਉਹਨਾਂ ਨੂੰ ਕਹਿ ਕੇ ਆਪਦਾ ਕਰਾ ਸਕਦੇ ਵੀ ਆਹ ਦੇਖੋ ਜੀ ਪੋਸਟਰ ਇਹੋ ਜਿਹੇ ਸਾਰੇ ਕੈਨੇਡਾ ਅਮਰੀਕਾ ਦੇ ਵਿੱਚ ਛਪ ਰਹੇ ਆ ਠੀਕ ਆ ਰੋਕਟ ਲਾਂਚਰ ਅਤੇ ਔਰਗਨਾਈਜ਼ ਉਹ ਕੀਤਾ ਹੋਇਆ ਪੂਰਾ ਈਵੈਂਟ ਆ ਜਿਹੜਾ ਬੂਟਾਂ ਹੋਣੀਆਂ ਪਰ ਉਹਦੇ ਉੱਤੇ ਯੀਅਰ ਨਹੀਂ ਲਿਖਿਆ ਉਹ ਵੀ ਬੜੇ ਸਕੀਮੀ ਆ ਯੀਅਰ 2022 ਨਹੀਂ ਲਿਖਿਆ ਉਹਨਾਂ ਨੂੰ ਲਿਖਣਾ ਚਾਹੀਦਾ ਸੀ ਹੁਣ ਜਦੋਂ ਕਿਸੇ ਮੇਰੇ ਵਰਗੇ ਬੰਦੇ ਨੇ ਸਵਾਲ ਕਰਨਾ ਉਹਨਾਂ ਨੇ ਕਹਿਣਾ ਜੀ ਇਹ ਤਾਂ ਪੁਰਾਣਾ ਇਹ ਤਾਂ ਗਾਂਹ ਆ ਹੁਣ ਇਹ ਨਹੀਂ ਪਤਾ ਉਹ ਕਿਹੜੇ ਸਤੰਬਰ ਦੇ ਵਿੱਚ ਪੈਣੀਆਂ ਵੋਟਾਂ 23 'ਚ ਪੈਣੀ ਆ 30 'ਚ ਪੈਣੀ ਆ ਕਦੋਂ ਪੈਣੀਆਂ ਪਰ ਜੇ ਉੱਥੇ ਕੋਈ ਅਕਾਲ ਤਖ਼ਤ ਸਾਹਿਬ ਦੀ ਫੋਟੋ ਲਾਈ ਹੁੰਦੀ ਕੋਈ ਭਿੰਡਰਾਂ ਵਾਲੇ ਸੰਤਾਂ ਦੀ ਫੋਟੋ ਲਾਈ ਹੁੰਦੀ ਕੋਈ ਹੋਰ ਤਾਂ ਕਰਕੇ ਉਹ ਫਿਰ ਥੋੜ੍ਹਾ ਜਿਹਾ ਸਿੱਖ ਹਜੇ ਉਵੇਂ ਹੁਣੇ ਸੀਗੇ ਵੀ ਚੱਲ ਪਰ ਹੁਣ ਬਹੁਤੇ ਬੰਦੇ ਤਾਂ ਡਰ ਗਏ ਰੋਕਟ ਲਾਂਚਰ ਦੇਖ ਕੇ ਉਹ ਤਾਂ ਹੁਣ ਸਿਮਰਨਜੀਤ ਮਾਨ ਉਹਨਾਂ ਨੇ ਜਿਹੜੀ ਅੱਖ ਦੱਬ ਕੇ ਮਤਾ ਪਾਇਆ ਸੀ ਵੀ ਆਪਾਂ ਖਾਲਿਸਤਾਨ ਲੈਣਾ ਉਦੋਂ ਬਾਅਦ ਹੀ ਉਹ ਕੰਮ ਸ਼ੁਰੂ ਹੋਇਆ ਨਾ ਰੈਫਰੈਂਡਮ ਦਾ ਅਤੇ ਇੱਕੋ ਤੇਰੇ ਵਰਗਾ ਹੋਰ ਆ ਉੱਧਰ ਉਹ ਪੰਨੂ ਵੀ ਐਂ ਬੋਲਦਾ ਰਹਿੰਦਾ ਉਹ ਸਾਰਿਆਂ ਮੁੰਡਿਆਂ ਦੀਆਂ ਈਮੇਲਾਂ ਲੈ ਲੈਂਦਾ ਉਹ ਵੀ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਰੈਫਰੈਂਡਮ ਦੇ ਵਿੱਚ ਔਰ ਈਮੇਲਾਂ ਲੈ ਕੇ ਅਤੇ ਉਦੋਂ ਬਾਅਦ ਸਾਨੂੰ ਕੀ ਪਤਾ ਉਹ ਗੌਰਮੈਂਟ ਨੂੰ ਦਿੰਦਾ ਜਾਂ ਕੀ ਕਰਦਾ ਲਿਸਟ ਬਣਾ ਕੇ ਉਹ ਵੀ ਇੰਨੇ ਬੰਦੇ ਚਾਹੁੰਦੇ ਆ ਬਾਈ ਇਹਨਾਂ 'ਤੇ ਨਿਗਾਹ ਰੱਖੋ ਕੀ ਪਤਾ ਉਹ ਲਿਸਟਾਂ ਇਸ ਕੰਮ ਨੂੰ ਬਣਦੀਆਂ ਹੁਣ ਵੀ ਕਿੰਨੇ ਕੁ ਬੰਦਿਆਂ ਦੀ ਚਾਹਤ ਆ ਕਿਹੜੇ ਕਿਹੜੇ ਹੈਗੇ ਗਰਮ ਖਿਆਲੀ ਜਿਹੜੇ ਰੈਫਰੈਂਡਮ ਦੇ ਵਹਾਅ ਦੇ ਵਿੱਚ ਆ ਗਏ ਅਤੇ ਉਹਨਾਂ ਨੂੰ ਸਾਨੂੰ ਖਤਰਾ ਉਹ ਕੀ ਪਤਾ ਹਜੇ ਤੱਕ ਉਹ 2008 ਦੇ ਵਿੱਚ ਵੀ ਉਹਨੇ ਵੋਟਾਂ ਪਵਾਈਆਂ ਸੀ ਮੈਂ ਵੀ ਆਪਦੀ ਈਮੇਲ ਦਿੱਤੀ ਸੀ ਉਦੋਂ ਸਾਨੂੰ ਵੀ ਲੱਗਦਾ ਸੀ ਵੀ ਸ਼ਾਇਦ 10 ਸਾਲ ਹੋ ਗਏ ਅਜੇ ਤੱਕ ਐਵੇਂ ਉਹ ਕੇਸ ਹੀ ਲੜੀ ਜਾਂਦਾ ਪਤਾ ਨਹੀਂ ਕਰਦਾ ਕੁਛ ਨਹੀਂ ਕਰਦਾ ਕੋਈ ਉਹਨੇ ਬਣਾਇਆ ਨਹੀਂ ਹੁਣ ਆ ਦੁਬਾਰੇ ਫਿਰ ਨਵੀਂ ਪਨੀਰੀ ਦੀਆਂ ਈਮੇਲਾਂ ਲੈ ਲੈਣਗੇ ਵੀ ਵੋਟਾਂ ਪਵਾ ਲੈਣਗੇ ਨਾਮ ਪਤੇ ਲੈ ਲੈਣਗੇ ਆਹ ਕੁਛ ਕਰਦੇ ਆ ਤੁਸੀਂ ਭਰਾਵੋ ਸਾਰੇ ਜਣੇ ਅਤੇ ਤਾਂ ਕਰਕੇ ਤੈਨੂੰ ਦੋਨੇ ਤਿੰਨੇ ਗੱਲਾਂ ਸਮਝਾ ਤੀਆਂ ਪ੍ਰਧਾਨਗੀ ਪਿੱਛੇ ਅੱਡ ਹੋਏ ਆ ਗੁਰਦੁਆਰੇ ਸ਼ਮਸ਼ਾਨ ਘਾਟ ਇਸ ਕਰਕੇ ਉਹ ਅਤੇ ਯੂਟਿਊਬ 'ਤੇ ਹਥਿਆਰ ਤੁਹਾਡੇ ਆਪਦੇ ਬਰਾਬਰ ਹੀ ਆ ਕੰਮ ਤੁਸੀਂ ਜੱਟਾਂ ਵਰਗੇ ਬਣ ਲੱਗੇ ਹੋਏ ਆ ਹੁਣ ਅਤੇ ਜੱਟ ਗੋਰਿਆਂ ਵਰਗੇ ਬਣ ਲੱਗੇ ਹੋਏ ਆ ਬਾਣੀਆਂ ਵਰਗੇ ਸਿਆਣੇ ਤਾਂ ਕਰਕੇ ਤੁਸੀਂ ਸਾਡੀ ਜਗ੍ਹਾ ਲੈ ਲਓ ਅਸੀਂ ਗਾਂਹ ਲੈ ਲੈਂਦੇ ਹਾਂ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਮਿਲਾਂਗੇ ਫਿਰ ਕਿਸੇ ਨਵੀਂ ਵੀਡੀਓ ਦੇ ਵਿੱਚ